ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਹੈ ਸਾਰਿਆਂ ਦਾ ਆਪਣੇ ਚੈਨਲ ਟਰੈਕਟਰ ਮੰਡੀ ਤੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ 76963 29488 ਆਪਣਾ WhatsApp ਨੰਬਰ ਹੈ ਜੇ ਕਿਸੇ ਵੀ ਨੇ ਐਡ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਵੀਰੋ ਇਸੇ ਨੰਬਰ ਤੇ 5-7 ਫੋਟੋਆਂ WhatsApp ਕਰ ਦਿਓ ਬਾਕੀ ਸਾਰੀ ਡਿਟੇਲ ਦੇ ਨਾਲ ਬਿਲਕੁਲ ਫਰੀ ਦੇ ਵਿੱਚ ਤੇ ਬਹੁਤ ਜਲਦ ਆਪਾਂ ਤੁਹਾਡੀ ਐਡ ਚੈਨਲ ਤੇ ਕਰ ਦਾਂਗੇ ਸੋ ਇੱਕ ਰਿਕੁਐਸਟ ਹੈ ਸਾਰੇ ਵੀਰਾਂ ਨੂੰ ਜਦੋਂ ਤੁਸੀਂ ਮਸ਼ੀਨਰੀ ਸੈਂਡ ਕਰਦੇ ਹੋ ਜਿਹੜਾ ਉਹਦਾ ਰੇਟ ਹੁੰਦਾ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਣਾ ਹੈ ਵੀਰਾਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਰੇਟ ਜ਼ਿਆਦਾ ਹੁੰਦਾ ਹੈ ਇਸ ਤਰ੍ਹਾਂ ਨਹੀਂ ਕਰਨਾ ਵੀਰੋ ਰੇਟ ਜਿਹੜਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਣਾ ਹੈ ਹਾਂਜੀ ਸਸਿਕਰ ਬਿਰੋ ਕੀ ਹਾਲ ਹੈ ਸਰਦ ਆਪਣੇ ਚੈਨਲ ਟਰੈਕਟਰ ਮੰਡੀ ਤੇ ਇੱਕ ਵਾਰ ਫਿਰ ਤੋਂ ਸਾਰੇ ਵੀਰਾਂ ਦਾ ਸਵਾਗਤ ਕਰਦੇ ਹਾਂ ਅੱਜ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਨੇ ਸਾਰੇ ਵੀਡੀਓ ਦੇਖਿਓ ਬਿਰੋ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਊਗੀ ਅੱਜ ਆਪਣੇ ਕੋਲ ਅਲੱਗ-ਅਲੱਗ ਗੱਡੀਆਂ ਨੇ ਜਿੰਨਾਂ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦਾ ਵੀਰੋ 스ਵਿਫਟ ਗੱਡੀ ਦੀ ਬ੍ਰੂਤੀ 스ਵਿਫਟ ਬੀਡੀਆਈ ਗੱਡੀ ਆਹਾ ਤੇ ਪਹਿਲੇ ਨਾਂ ਗੱਡੀ ਆ ਵੀਰੋ ਆਹਾ 2008 ਮਾਡਲ ਹੈ ਬਾਕੀ ਜਿੰਨਾ ਵੀ ਰੰਗ ਪੈਂਟਾ ਗੱਡੀ ਦਾ ਸਾਰਾ 오ਰੀਜਨਲ ਹੈ ਕਿਸੇ ਪਾਸੋਂ ਲਿਆ ਨਹੀਂ ਹੋਇਆ ਨਾ ਕੋਈ ਖਰਾਬ ਹੋਇਆ ਹੈ ਬਾਕੀ ਟਾਇਰਾਂ ਦੀ ਗੱਲ ਕਰੀਏ ਵੀਰੋ ਸਾਰੇ ਟਰ ਨਵੇਂ ਨੇ ਚਾਰੋਂ ਚਾਰੋਂ ਤੇ origignal polo ਦੇ ਵੀਰ ਨੇ ਪੁਆਏ ਹੋਏ ਐ 2,50,000 ਗੱਡੀ ਦੀ ਡਿਮਾਂਡ ਆ ਵੀਰੋ ਜਿੰਨਾ ਹੋ ਸਕਦਾ ਬਾਕੀ ਮੌਕੇ ਤੇ ਲੈਸ ਕਰ ਲੈਣਗੇ ਵੀਰ ਨੇ ਆਪਣੇ ਕੋਲੇ ਆਹ ਗੱਡੀ ਤਰਨ ਤਰਨ ਤੋਂ ਭੇਜੇਗੀ ਫਸਟ ਓਨਰ ਗੱਡੀ ਆਹਾ ਬਾਕੀ 92861 3000 ਤਿੰਨ ਮਾਲਕ ਵੀਰ ਦਾ ਨੰਬਰ ਐ ਬਾਕੀ ਅੰਦਰੋਂ ਬਿਲਕੁਲ ਸਾਫ਼ ਪਈਆ ਵੀਰੋ ਗੱਡੀ ਆਹਾ ਸੀਟ ਕਵਰ ਛਡਵਾਏ ਰੱਖਿਆ ਵੀਰ ਨੇ ਮੈਟਿੰਗ ਕਰਵਾਈ ਹੋਈ ਹੈ ਐਸੇ ਹੀਟਰ ਚੱਲਦਾ ਹੈਗਾ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਸਾਰਾ ਕੁਝ ਬੀਮਾ ਵਗੈਰਾ ਸਾਰਾ ਕੁਝ ਹੋ ਗਿਆ ਹੈ ਸਰਵਿਸ ਵੀਰ ਨੇ ਕਰਵਾਈ ਹੋਈ ਹੈ ਇੰਜਨ ਗੱਡੀ ਸਾਫ ਗੱਡੀ ਹੈ ਗਰੋ ਬਾਕੀ ਚਲਾ ਕੇ ਤੇ ਕਾਗਜ਼ ਪੱਤਰ ਦੀ ਵੈਰੀਫਿਕੇਸ਼ਨ ਕਰਕੇ ਗੱਡੀ ਤੁਸੀਂ ਮਾਲਕ ਵੀਰ ਤੋਂ ਖਰੀਦ ਸਕਦੇ ਹੋ ਤੇ ਜਿੰਨੇ ਵੀਰ ਚੈਨਲ ਤੇ ਨਵੇਂ ਨੇ ਤੇ ਇਸੇ ਤਰ੍ਹਾਂ ਹੀ ਤੁਸੀਂ ਹਰ ਰੋਜ਼ ਵੀਰੋ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਦੀ ਨਾਲ ਬੈਲ ਆਈਕਨ ਨੂੰ ਆਲਟ ਸੈੱਟ ਕਰਕੇ ਦਬਲੋ ਤੇ ਵੀਡੀਓ ਵਧੀਆ ਲੱਗਿਓ ਵੀ ਲਾਈਕ ਜ਼ਰੂਰ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਐਨੇ ਨਾਲ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਜਾਂਦਾ ਹੈ ਤੇ ਹੋਰ ਵੀ ਕਿਸਾਨ ਵੀਰ ਆਪਣੇ ਨਾਲ ਜੁੜ ਸਕਣਗੇ ਹੁਣ ਵੀਰੋ ਨੈਕਸਟ ਮਸ਼ੀਨਰੀ ਦੀ ਗੱਲ ਕਰਦੇ ਆ ਆਪਣੇ ਕੋਲੇ ਨੈਕਸਟ ਆਈ ਹੈ अल्टੋ ਐਲਐਕਸ ਆਈ ਗੱਡੀ ਕਾਲੇ ਰੰਗ ਦੀ ਗੱਡੀ ਵੀਰੋ ਆਹ ਵਾੜ ਦਾ ਗੱਡੀ ਦਾ 2008 ਰੰਗ ਪੈਟ ਦੀ ਬਿਲਕੁਲ ਸਾਫ਼ ਗੱਡੀ ਆਹ ਰੰਗ ਪੈਟ ਜਿਹੜਾ ਕੰਪਨੀ ਵੱਲੋਂ ਆਉਂਦਾ ਉਹੀ ਹੈ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੈਣ ਪਿਆ ਹੈ। ਬਾਕੀ ਇੰਜਨ ਗੇਅਰ ਦੀ ਸਾਫ ਗੱਡੀ ਹੈਗੀ। ਸੁਨਾਮ ਤੋਂ ਆਪਣੇ ਕੋਲੇ ਆਹ ਗੱਡੀ ਆਈ ਹੈ। ਤੇ 2008 ਮਾਡਲ ਗੱਡੀ ਹੈ। 8 ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਹਸਾਬ ਪਈ ਹੈ। ਤੇ ਵੀ ਨੇ ਬਹੁਤੀ ਸੰਭਾਈ ਨਾਲ ਰੱਖੀ ਵੀਰੋ ਆਹ। ਅੰਦਰ ਪੈਰਾ ਕੋਲੋਂ ਲਾਈਟਾਂ ਲੂਟਾਂ ਵੀਰ ਨੇ ਲਵਾਈਆਂ ਹੋਈਆਂ। ਵਧੀਆ AC ਹੀਟਰ ਚੱਲਦੇ ਆ। ਸਰਵਿਸ ਸਾਰੀ ਕਰਵਾਈ ਹੋਈ ਹੈ। ਬਾਕੀ ਟਾਇਰਾਂ ਦੀ ਗੱਲ ਕਰੀਏ 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਵੀਰੋ। ਤੇ ਚਾਰੋਂ ਟਾਇਰਾਂ 'ਚ ਲਾਈ ਬੀਲ ਪਾਏ ਹੋਏ ਆ। ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਗੱਡੀ ਦੇ ਫੋਟੋ ਆ ਰਹੀਆਂ ਆ। 1,115,000 ਗੱਡੀ ਦੀ ਡਿਮਾਂਡ ਆ ਵੀਰੋ। 9814695891 ਮਾਲਕ ਵੀਰ ਦਾ ਨੰਬਰ ਹੈ। ਜਿਹੜੀ ਵੀ ਦੀ ਗੱਡੀ ਆਹਾ ਉਹਨਾਂ ਦਾ ਨੰਬਰ ਹੈ। ਬਾਕੀ ਤੁਸੀਂ ਸੁਨਾਮ ਜਾ ਕੇ ਗੱਡੀ ਚੈੱਕ ਕਰਕੇ ਕਾਗਜ਼ ਪੱਤਰ ਦੀ ਵੈਰੀਫਿਕੇਸ਼ਨ ਕਰਕੇ ਗੱਡੀ ਤੁਸੀਂ ਮਾਲਕ ਵੀਰ ਤੋਂ ਖਰੀਦ ਸਕਦੇ ਹੋ। ਬਾਕੀ ਜਿਹੜੀ ਡਿਮਾਂਡ ਆ ਉਹ ਮੌਕੇ ਤੇ ਲੈਸ ਹੋ ਜੂਗੀ। ਤੇ ਬਾਕੀ ਜਿੰਨੇ ਵੀ ਕਮੈਂਟ ਕਰਦੇ ਆ ਸਾਰੇ ਵੀਰਾਂ ਦੇ ਕਮੈਂਟ ਬਹੁਤ ਸੋਹਣੇ ਹੁੰਦੇ ਆ ਜੀ ਹਰ ਰੋਜ਼ ਮੈਂ ਕਮੈਂਟ ਪੜ੍ਹਦਾ ਹੁੰਨਾ ਸਾਰੇ ਕਮੈਂਟ ਮੈਂ ਲਾਈਕ ਵੀ ਕਰਦਾ ਹੁੰਨਾ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਦਿਲ ਤੋਂ ਖੁਸ਼ੀ ਹੁੰਦੀ ਆ ਸਾਰੇ ਵੀਰ ਇੰਨੀ ਸਪੋਰਟ ਕਰਦੇ ਆ ਇੰਨਾ ਪਿਆਰ ਦਿੰਦੇ ਆ ਚੈਨਲ ਨੂੰ ਵੀਡੀਓ ਨੂੰ ਤੇ ਇਸੇ ਤਰ੍ਹਾਂ ਆਪਣੀ ਪਿਆਰ ਬਣਾ ਕੇ ਰੱਖਿਓ ਜੀ ਆਪਾਂ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ ਬਾਕੀ ਹੁਣ ਨੈਕਸਟ ਮਸ਼ਿਨਰੀ ਦੀ ਗੱਲ ਕਰਦੇ ਆਂ ਵੀਰੋ ਨੈਕਸਟ ਆਪਣੇ ਕੋਲੇ ਗੱਡੀ ਆਈ ਹੈਗੀ ਮਰੂਤੀ ਆਲਟੋ ਐਲ ਐਕਸ ਆਈ ਗੱਡੀ ਹੈ 2012 ਮਾਡਲ ਹੈ ਵੀਰੋ ਆ ਤੇ ਨੰਬਰ ਯੂ ਪੀ ਹੈ ਗੱਡੀ ਦਾ ਬਾਕੀ ਕਾਜ ਪੇਪਰ ਸਾਰੇ ਕੰਪਲੀਟ ਨੇ 73000 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਹੈ 75 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਹੈ ਵਧੀਆ ਸਾਫ਼ ਸੁਥਰੇ ਚਾਰੋਂ ਕੰਪਨੀ ਦੇ ਟੈਰ ਨੇ ਬਾਕੀ ਰੰਗ ਪੈੜ ਦੀ ਗੱਲ ਕਰੀਏ ਵੀਰੋ ਸਾਰਾ ਰੰਗ ਪੈੜ ਜਿੰਨਾ ਵੀ ਹੁੰਦਾ ਆਲ ਓरिजिनल ਹੈ ਕਿਸੇ ਪਾਸੋਂ ਲਿਆ ਨਹੀਂ ਹੋਇਆ ਨਾ ਕੋਈ ਰੰਗ ਪੈਣ ਬਾਅਦ ਚ ਹੋਇਆ ਨਾ ਕੋਈ ਗੱਡੀ ਐਕਸੀਡੈਂਟ ਹੋਈ ਹੈ ਬਾਕੀਆ ਦਰੋਗਲ ਕਰੀਓ ਗੱਡੀ ਤੋਂ ਸਾਰੇ ਸੀਟ ਕਵਰ ਚੜੇ ਹੋਏ ਆ ਮੈਟਿੰਗ ਵੀ ਇੰਨੇ ਕਰਵਾਈ ਹੋਈ ਹੈ ਐਸ ਏ ਸੀ ਹੀਟਰ ਦਾ ਕੰਮ ਵੀ ਹੋਇਆ ਗੱਡੀ ਦਾ ਕੰਮ ਵੀ ਹੋਇਆ ਬਾਕੀ ਨਵੀਂ ਬੈਟਰੀ ਵੀ ਨੇ ਧਰਾਈ ਹੋਈ ਹੈ ਬਾਕੀ ਤੁਸੀਂ ਦੇਖ ਕੇ ਗੱਡੀ ਮਾਲਕ ਵੀਰਾਂ ਤੋਂ ਤੁਸੀਂ ਖਰੀਦ ਸਕਦੇ ਹੋ 1 ਲੱਖ ਤੇ 58000 ਗੱਡੀ ਦੀ ਡਿਮਾਂਡ ਹੈ 85699 59280 ਮਾਲਕਬੀਰ ਦਾ ਨੰਬਰ ਹੈ। ਬਾਕੀ ਸਾਰੀਆਂ ਲਾਈਟਾਂ ਲੂਟ ਹੈ ਸਾਰੀਆਂ ਚੱਲਦੀਆਂ ਨੇ। ਕਾਗਜ਼ ਪੇਪਰ ਕੰਪਲੀਟ ਹੈ। ਸਾਰੇ ਸੀਸੀ origignal ਨੇ। ਬਾਕੀ ਕੋਈ ਸਕ੍ਰੈਚ ਨਹੀਂ ਹੈ ਗੱਡੀ ਤੇ। ਵਧੀਆ ਸਾਫ ਸੁਥਰੀ ਗੱਡੀ ਆਹਾ। ਬਾਗਾ ਪੁਰਾਣਾ ਜਾ ਕੇ ਗੱਡੀ ਤੁਸੀਂ ਮਾਲਕਬੀਰ ਤੋਂ ਖਰੀਦ ਸਕਦੇ ਹੋ। ਤੇ ਨੈਕਸਟ ਗੱਡੇ ਵੀਰੋ ਆਪਣੇ ਕੋਲੇ ਬਲੈਰੋ ਕੈਂਪਰ। ਰੰਗ ਪੈਟ ਬਿਲਕੁਲ ਸਾਫ ਹੈ ਗੱਡੀ ਦਾ ਆ। ਬਾਕੀ ਤੁਸੀਂ ਦੇਖ ਰਹੇ ਹੋ ਸਿੰਗਲ ਸਕ੍ਰੈਚ ਵੀ ਗੱਡੀ ਤੇ ਹੈ ਨਹੀਂ। ਕਿਸੇ ਪਾਸੋਂ ਕੋਈ ਜਰਨੇ ਲੱਗੀ ਹੋਈ 2007 ਮਾਡਲ ਗੱਡੀ ਆ। ਬਾਕੀ ਅੰਦਰੋਂ ਬਿਲਕੁਲ ਸਾਫ਼ ਪਈਏਗੀ। ਸੀਟ ਕਵਰ ਵੀ ਨੇ ਪੁਆਏ ਹੋਇਆ ਹੈ, ਮੈਟਿੰਗ ਕਰਵਾਈ ਹੋਈ ਹੈ। AC ਹੀਟਰ ਚੱਲਦਾ ਹੈਗਾ। ਬਾਕੀ ਇੰਜਨ ਗੇਅਰ ਦੀ ਸਾਫ਼ ਗੱਡੀ ਵੀਰੋ ਆ। ਬਾਕੀ 60-65 ਟਾਇਰਾਂ ਦੀ ਕੰਡੀਸ਼ਨ ਹੈ। ਬਠਿੰਡੇ ਤੋਂ ਆਪਣੇ ਕੋਲੇ ਆਹ ਗੱਡੀ ਆਈ ਹੈ। ਹਰਿਆਣਾ ਨੰਬਰ ਗੱਡੀ ਆ ਵੀਰੋ ਆ। 2,35,000 ਡਿਮਾਂਡ ਹੈ। ਬਾਕੀ ਕਹਿੰਦੇ ਸੀ ਜਿੰਨਾ ਹੋ ਸਕਦਾ ਮੌਕੇ ਤੇ ਲੈਸ ਕਰ ਲਾਂਗੇ। ਬਾਕੀ ਜਿੰਨੇ ਵੀ ਰੇਟ ਹੁੰਦੇ ਵੀਰੋ ਆਪਣੇ ਚੈਨਲ ਤੇ ਵੀਡੀਓ ਦੇ ਵਿੱਚ ਆ ਕੋਈ ਰੇਟ ਫਿਕਸ ਨਹੀਂ ਹੁੰਦਾ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ ਹੈ ਇੱਕ ਵਾਰੀ ਮਾਲਕ ਵੀਰ ਨੂੰ ਲਾਸਟ ਰੇਟ ਫੋਨ ਕਰਕੇ ਜ਼ਰੂਰ ਪਤਾ ਕਰ ਲਿਆ ਕਰੋ ਕਿਸੇ ਵੀ ਨੇ ਕੋਈ ਵੀ ਗੱਡੀ ਖਰੀਦਣੀ ਹੋਵੇ ਤੁਸੀਂ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ 62835 56062 ਜਿਹੜੇ ਵੀ ਦੀ ਬਲੇਰੋ ਕੈਂਪਰ ਗੱਡੀ ਆ ਉਹਨਾਂ ਦਾ ਆ ਨੰਬਰ ਹੈ ਇਹਨਾਂ ਨੂੰ ਫੋਨ ਕਰਕੇ ਤੇ ਜਾ ਕੇ ਦੇਖ ਕੇ ਬਠਿੰਡੇ ਪੂਰੀ ਅਦਿੱਤ ਸੱਲੀ ਕਰਕੇ ਕਾਗਜ਼ ਪੱਤਰ ਚੈੱਕ ਕਰਕੇ ਗੱਡੀ ਮਾਲਕ ਵੀਰ ਤੋਂ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਜਰੂਰ ਕਰ ਦੇ ਬ੍ਰੋ ਵੀਡੀਓ ਨੂੰ ਤੇ ਹੁਣ ਗੱਲ ਕਰਦੇ ਆਪਾਂ ਨੈਕਸਟ ਗੱਡੀ ਦੀ ਨੈਕਸਟ ਗੱਡੀ ਵੀਰੋ ਆਪਣੇ ਕੋਲੇ ਸਵਿਫਟ ZXI 2017 ਮਾਡਲ ਗੱਡੀ ਆਹਾ ਪੀਬੀ ਨੰਬਰ ਹੈ ਗੱਡੀ ਦਾ ਬਾਕੀ ਅੰਦਰੋਂ ਗੱਲ ਕਰੀ ਵੀਰੋ ਬਹੁਤ ਹੀ ਸੰਭਾਈ ਨਾਲ ਗੱਡੀ ਰਹੀ ਆਹਾ ਸੀਟ ਕਵਰ ਪਾਏ ਹੋਏ ਆ ਮੈਟਿੰਗ ਕਰਵਾਈ ਹੋਈ ਹੈ AC ਹੀਟਰ ਦਾ ਕੰਮ ਹੋਇਆਗਾ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਹੈ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਵੀਰੋ ਗੱਡੀ 'ਚ ਆਲ オリジナル ਗੱਡੀ ਪਈ ਹੈ ਬਾਕੀ ਬਾਹਰ ਰੰਗ ਪੇਟ ਦੀ ਗੱਲ ਕਰੀਏ ਸਾਰਾ ਰੰਗ ਪੇਟ オリジナル ਹੈ ਤੇ ਪੁਸ਼ ਬਟਨ ਨਾਲ ਸਟਾਰਟ ਗੱਡੀ ਆਹ ਤੇ ਪੂਰੀ ਵਧੀਆ ਸਾਫ਼ ਗੱਡੀ ਜੇ ਸੋਹਣੀ ਮਾਨਸਾ ਤੋਂ ਆਪਣੇ ਕੋਲੇ ਵੀਰੋ ਆਹ ਗੱਡੀ ਭੇਜੀ ਗਈ ਹੈ 6 ਲੱਖ ਡਿਮਾਂਡ ਹੈ ਗੱਡੀ ਦੀ 90 ਪੈਸੇ ਵਧੀਆ ਟਾਇਰਾਂ ਦੀ ਕੰਡੀਸ਼ਨ ਪਈ ਹੈ 62000 ਕੁੱਲ ਕਿਲੋਮੀਟਰ ਚੱਲੀ ਹੋਈ ਹੈ ਗੱਡੀ ਆਹ ਭੌਤਿਕ ਘੱਟ ਚੱਲੀ ਹੈ ਤੇ ਫੈਮਿਲੀ ਲਈ ਯੂਜ਼ ਹੋਈ ਹੈ 2017 ਮਾਡਲ ਗੱਡੀ ਹੈ ਬਰੋ ਹਾਂ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਸਰਵਿਸ ਸਾਰੀ ਹੋਈ ਹੈ ਗੱਡੀ ਦੀ ਸਿੰਗਲ ਸਕ੍ਰੈਚ ਵੀ ਨਹੀਂ ਹੈਗਾ ਗੱਡੀ ਤੇ ਬਾਕੀ ਵਧੀਆ ਟਾਇਰ ਨੇ ਤੇ ਟਾਇਰਾਂ ਚ ਲਾਈ ਪਾਏ ਹੋਏ ਹੈ 94178 33978 ਮਾਲਕ ਵੀਰ ਦਾ ਨੰਬਰ ਹੈ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਬਾਕੀ ਮਾਨਸਾਂ ਜਾ ਕੇ ਗੱਡੀ ਚੈੱਕ ਆਊਟ ਕਰਕੇ ਕਾਗਜ਼ ਪੱਤਰ ਦੀ ਵੈਰੀਫਿਕੇਸ਼ਨ ਕਰਕੇ ਗੱਡੀ ਮਾਲਕ ਵੀਰ ਤੋਂ ਤੁਸੀਂ ਖਰੀਦ ਸਕਦੇ ਹੋ ਬਾਕੀ ਅੱਜ ਲਈ ਵੀਰੋ ਐਨ ਐਂ ਅੱਜ ਦੀ ਵੀਡੀਓ ਤੇ ਅੱਜ ਦੀਆਂ ਗੱਡੀਆਂ ਕਿਵੇਂ ਦੇ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਬਹੁਤ ਬੜੀਆ ਲੱਗਦਾ ਜੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਸਾਰੇ ਵੀਰਾਂ ਦਾ ਦਿਲ ਤੋਂ ਸ਼ੁਕਰੀਆ ਜੀ ਫਿਰ ਤੋਂ ਤੇ ਕਿਸੇ ਵੀ ਨੇ ਐਡ ਕਰਵਾਣੀ ਹੋਵੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਿਆਂ ਕੋਈ ਕਮਿਸ਼ਨ ਨਹੀਂ ਲੈਂਦੇ ਕੋਈ ਖਰਚਾ ਨਹੀਂ ਲੈਂਦੇ ਵੀਡੀਓ 'ਚ ਤੁਹਾਡਾ ਆਪ ਦਾ ਨੰਬਰ ਦਿੱਤਾ ਜਾਊਗਾ ਕਿਸੇ ਵੀ ਨੇ ਕੋਈ ਮਸ਼ੀਨਰੀ ਖਰੀਦਣੀ ਹੋਊਗੀ ਤੁਹਾਨੂੰ ਵੀਰੋ ਫੋਨ ਕਰਕੇ ਆਪਦੀ ਡੀਲ ਕਰਨਗੇ ਬਾਕੀ ਸਾਰੀ ਜਾਣਕਾਰੀ ਹੁੰਦੀ ਹੈ ਜਿਹੜੀ ਉਹ ਸਾਰੀ ਭੇਜਿਆ ਕਰੋ ਤੇ ਕਈ ਵੀਰ ਵਿਚਦੀ ਹੁੰਦੇ ਆ ਜਿਹੜੇ ਅੱਧੀ ਜਾਣਕਾਰੀ ਭੇਜਦੇ ਐਦਾਂ ਨਾ ਕਰਿਆ ਕਰੋ ਤੇ ਸਾਰੀ ਜਾਣਕਾਰੀ ਪ੍ਰੋਪਰ ਭੇਜਿਆ ਕਰੋ ਬਾਕੀ ਅੱਜ ਲਈ ਵੀਰੋ ਐਨਹੀਂ ਮਿਲਦਾ ਕਿ ਅਸੀਂ ਇੱਕ ਨਵੀਂ ਵੀਡੀਓ ਤੇ ਨਵੀਂ ਮਸ਼ੀਨਰੀ ਦੇ ਨਾਲ ਜੁੜੇ ਰਹੋ ਜੀ ਆਪਣੇ ਚੈਨਲ ਨਾਲ ਤੇ ਮਿਲਦਾ ਜਲਦੀ